ਸਾਡਾ ਨਾਮ ਅਤੇ ਸਾਡਾ ਕੰਮ। ਅੱਗੇ ਦੱਖਣੀ ਅਮਰੀਕਾ ਵਿੱਚ ਹਿੰਦੀਆਂ ਨੇ ਇੱਕਾ ਕਰਕੇ ਸਾਫ਼ ਇਹ ਕਹਿ ਦਿੱਤਾ ਕਿ ਅਸੀਂ ਬੇਇੱਜ਼ਤ ਕੌਮ ਦੀ ਤਰ੍ਹਾਂ ਰਹਿਣਾ ਨਹੀਂ ਚਾਹੁੰਦੇ ਅਤੇ ਕਾਨੂੰਨ ਨੂੰ ਨਾ ਮੰਨਣ ਕਰਕੇ ਸੈਂਕੜੇ ਹਿੰਦੁਸਤਾਨੀ ਮਰਦ ਅਤੇ ਔਰਤਾਂ ਜੇਲ੍ਹਾਂ ਵਿੱਚ ਡੱਕੇ ਗਏ, ਛੇਕੜ ਫੇਰ ਛੱਡਣੇ ਪਏ। ਇਸ ਤੋਂ ਮਗਰੋਂ ਬੰਗਾਲ ਦੇ ਸੂਰਬੀਰ ਹੇਮਚੰਦਰ ਨੇ ਪੈਰਿਸ ਜਾ ਕੇ ਬੰਬ ਬਣਾਉਣੇ ਸਿੱਖੇ, ਕਲਕੱਤੇ ਆ ਕੇ ਹੋਰ ਆਦਮੀਆਂ ਨੂੰ ਸਿਖਾਉਣ ਲੱਗ ਪਿਆ। 20 ਮਈ 1908 ਨੂੰ ਮੁਜ਼ੱਫਰਪੁਰ ਬੰਗਾਲ ਵਿੱਚ ਪਹਿਲਾ ਬੰਬ ਪਿਆ। ਇਸ ਬੰਬ ਦੀ ਆਵਾਜ਼ ਨਾਲ ਅੰਗਰੇਜ਼ਾਂ ਦੇ ਹੋਸ਼ ਉੱਡ ਗਏ, ਸਭ ਨੂੰ ਪਕੜਨ ਲੱਗ ਪਏ। ਫਿਰ ਕੀ ਸੀ, ਦੇਸ਼ ਅੰਦਰ ਸਾਰਾ ਪ੍ਰਚਾਰ ਬੰਦ ਹੋ ਗਿਆ, ਅਖਬਾਰ ਬੰਦ ਕਰ ਦਿੱਤੇ, ਲਿਖਣ ਵਾਲਿਆਂ ਨੂੰ ਸਜ਼ਾ ਦੇ ਦਿੱਤੀ, ਲੈਕਚਰ ਦੇਣ ਵਾਲੇ ਕਾਲੇ ਪਾਣੀ ਜੇਲ੍ਹ ਭੇਜ ਦਿੱਤੇ, ਮਹਾਤਮਾ ਅਰਬਿੰਦੋ ਘੋਸ਼ ਉੱਤੇ ਮੁਕੱਦਮਾ ਚਲਾ ਕੇ ਐਵੇਂ ਹੀ ਬਿਨਾਂ ਕਸੂਰ 1 ਸਾਲ ਹਵਾਲਾਤ ਵਿੱਚ ਰੱਖਿਆ। ਨੰਦ ਗੋਪਾਲ ਨਾਮ ਇੱਕ ਲਾਹੌਰ ਦੇ ਰਹਿਣ ਵਾਲੇ ਗੱਭਰੂ ਨੂੰ 7 ਸਾਲ ਲਈ ਕਾਲੇ ਪਾਣੀ ਦੇ ਦਿੱਤਾ, ਸਭ ਨੂੰ ਚੁੱਪ ਕਰਾ ਦਿੱਤਾ। ਪਰ ਜ਼ਾਲਮ ਹਮੇਸ਼ਾ ਹੀ ਗਲਤੀ ਕਰਦਾ ਹੈ, ਉਹਦੀ ਹਰ ਇੱਕ ਚਾਲ ਉਲਟੀ ਹੀ ਪੈਂਦੀ ਹੈ, ਹਰ ਇੱਕ ਤਦਵੀਰ ਸਵਾਹ ਹੋ ਜਾਂਦੀ ਹੈ। ਇਸ ਹਿਲਜੁਲ ਵਿੱਚ ਕੁਝ ਦੇਸ਼ ਭਗਤ ਸਰਕਾਰ ਦੇ ਜਾਲ ਨੂੰ ਤੋੜ ਕੇ ਬਾਹਰ ਦੇ ਦੇਸ਼ਾਂ ਵਿੱਚ ਚਲੇ ਗਏ ਅਤੇ ਅੰਗਰੇਜ਼ ਦੇਖਦੇ ਰਹਿ ਗਏ। ਅਰਬਿੰਦੋ ਘੋਸ਼ ਦਾ ਫ੍ਰੈਂਚ ਦੀ ਪੌਂਡੀਚੇਰੀ ਵਿੱਚ ਚਲੇ ਗਏ, ਜਿੱਥੇ ਅੰਗਰੇਜ਼ ਬਾਲ ਵਿੰਗਾ ਵੀ ਨਹੀਂ ਸੀ ਕਰ ਸਕਦੇ। ਸੂਫੀ ਅੰਬਾ ਪ੍ਰਸ਼ਾਦ ਅਤੇ ਸਰਦਾਰ ਅਜੀਤ ਸਿੰਘ ਫਰਾਂਸ ਵਿੱਚ ਚਲੇ ਗਏ। ਮੈਡਮ ਕਾਮਾ ਨੇ ਸਵਿਟਜ਼ਰਲੈਂਡ ਵਿੱਚ ਬੰਦੇ ਮਾਤਰਮ ਅਖਬਾਰ ਕੱਢਣਾ ਸ਼ੁਰੂ ਕਰ ਦਿੱਤਾ। ਸੂਫੀ ਅੰਬਾ ਪ੍ਰਸ਼ਾਦ ਨੇ ਫਰਾਂਸ ਵਿੱਚ ਹੀ ਉੱਥੇ ਦੇ ਲੋਕਾਂ ਨੂੰ ਅਖਬਾਰ ਕੱਢ ਕੇ ਅੰਗਰੇਜ਼ਾਂ ਦੇ ਵਿਰੁੱਧ ਕਰ ਦਿੱਤਾ। ਹੁਣ ਇਸੇ ਫੌਜ ਦੇ ਇੱਕ ਜੱਥਾ ਅਮਰੀਕਨ ਵਿੱਚ ਵੀ ਆ ਪੁੱਜਾ ਹੈ। ਗੁਲਾਮੀ ਦੇ ਪੰਜਾਬ ਵਿੱਚੋਂ ਨਿਕਲ ਕੇ ਕੈਲੀਫੋਰਨੀਆ ਦੂਜਾ ਪੰਜਾਬ ਟੋਲਿਆ। ਇੱਥੇ ਭਰਾਵਾਂ ਨਾਲ ਸਾਰੀਆਂ ਖੁੱਲ੍ਹੀਆਂ ਬਾਤਾਂ ਕਰ ਸਕਦੇ ਹਾਂ, ਇੱਥੇ ਵੀ ਸਾਰੇ ਭਾਈਆਂ ਵਿੱਚ ਬਹੁਤ ਜੋਸ਼ ਦਿਸਦਾ ਹੈ। ਜਿਹੜਾ ਦੇਸ਼ ਵਿੱਚ ਹੈ ਇੱਥੇ ਖੁੱਲ੍ਹੇ ਲੈਕਚਰ ਦੇ ਸਕਦੇ ਹਾਂ, ਇੱਥੇ ਹੀ ਇਸ ਜੰਗ ਵਿੱਚ ਹਮਲਾ ਕਰਨਾ ਹੈ। ਸਰੀਰ ਭਾਵੇਂ ਦੇਸ਼ ਤੋਂ ਦੂਰ ਹੈ ਪਰ ਦਿਲ ਵਤਨ ਵਿੱਚ ਹੈ, ਭਾਵੇਂ ਉਹ ਹੋਏ ਕੋਸ ਕਰੋੜ ਦੂਰ ਤੇਥੋਂ, ਦਿਲ ਤੇਰੇ ਹੀ ਵਿੱਚ ਹੈ ਮਾਤਾ, ਉੱਥੇ ਜਾਨਣਾ ਦਾਸ ਗਰੀਬ ਤਾਈਂ, ਦਿਲ ਜਿਸ 'ਤੇ ਹੀ ਵਿੱਚ ਹੈ ਮਾਤਾ। ਹੁਣ ਲੜਾਈ ਤੋਰੀ ਰੱਖਣ ਖਾਤਰ ਅਖਬਾਰ ਚਲਾਉਣਾ ਜ਼ਰੂਰੀ ਹੈ, ਇੱਥੇ ਕਿਤਾਬਾਂ ਛਾਪੀਆਂ ਜਾਣ ਅਤੇ ਦੇਸ਼ ਭੇਜੀਆਂ ਜਾਣ ਅਤੇ ਜੰਗੀ ਕੰਮ ਸਿੱਖੇ ਜਾਣ, ਦੂਜੀਆਂ ਕੌਮਾਂ ਦੀ ਮਦਦ ਮੰਗੀ ਜਾਵੇ। ਇਸ ਕੰਮ ਦੀ ਖਾਤਰ ਇੱਕ ਸਭਾ ਬਣਾਈ ਗਈ ਹੈ ਜਿਸ ਦਾ ਨਾਮ ਪੈਸੀਫਿਕ ਕੌਂਸਲ ਹਿੰਦੁਸਤਾਨੀ ਐਸੋਸੀਏਸ਼ਨ ਰੱਖਿਆ ਗਿਆ ਹੈ। ਪੋਰਟਲੈਂਡ ਆਸਟ੍ਰੇਲੀਆ, ਸੈਂਟ ਜਾਹਨ, ਵਾਈਡਲ ਵੇਲ, ਸਕਰਮੈਂਟੋ ਆਦਿਕ ਇਸ ਦੇ ਜਥੇ ਹਨ। ਦੇਸ਼ ਭਗਤਾਂ ਨੇ ਮਾਇਆ ਦਿੱਤੀ ਹੈ। ਸੈਨ ਫ੍ਰਾਂਸਿਸਕੋ ਵਿੱਚ ਯੁਗਾਂਤਰ ਆਸ਼ਰਮ ਬਣਾਇਆ ਗਿਆ ਹੈ, ਇਸ ਆਸ਼ਰਮ ਵਿੱਚ ਅਖਬਾਰ ਛਪਦਾ ਹੈ, ਕਿਤਾਬਾਂ ਵੀ ਛਪਣਗੀਆਂ, ਜਵਾਨ ਪ੍ਰਚਾਰਕ ਤਿਆਰ ਕੀਤੇ ਜਾਂਦੇ ਹਨ, ਗਦਰ ਦੀ ਤਿਆਰੀ ਦਾ ਕੰਮ ਆਰੰਭ ਦਿੱਤਾ ਹੈ। ਇਹੋ ਜਿਹੇ ਆਸ਼ਰਮ ਫਰਾਂਸ ਦੇ ਜਰਮਨੀ ਵਿੱਚ ਵੀ ਬਣਾਏ ਜਾਣਗੇ, ਫਿਰ ਕਿਸੇ ਤਰ੍ਹਾਂ ਦਾ ਡਰ ਨਹੀਂ। ਇਹ ਆਸ਼ਰਮ ਨਹੀਂ ਹੈ, ਕਿਲ੍ਹਾ ਹੈ ਜਿਸ ਤੋਂ ਅੰਗਰੇਜ਼ੀ ਰਾਜ ਪਰ ਗੋਲੀਬਾਰੀ ਕੀਤੀ ਗਈ ਹੈ। ਇਹ ਅਖਬਾਰ ਨਹੀਂ ਤੋਪ ਹੈ ਜਿਸ ਤੋਂ ਕੋਈ ਜ਼ਲਮ ਬਚ ਕੇ ਨਹੀਂ ਜਾਵੇਗਾ। ਇਹ ਅਖਬਾਰ ਸਿਹਾਈ ਨਾਲ ਛਪਦਾ ਹੈ ਪਰ ਜਿਗਰ ਅਤੇ ਖੂਨ ਨਾਲ ਲਿਖਿਆ ਜਾਂਦਾ ਹੈ। ਇਸ ਵਿੱਚ ਮਾਮੂਲੀ ਲਿਖਤ ਨਹੀਂ, ਇਹ ਸੰਤਾਂ ਅਤੇ ਸੂਰਵੀਰਾਂ ਦੀ ਬਾਣੀ ਹੈ ਜਿਹੜੀ ਭਾਈਆਂ ਨੂੰ ਜਗਾਊਗੀ। ਇਹ ਪ੍ਰੇਮੀ ਸੁਨੇਹਾ ਹਜ਼ਾਰਾਂ ਮੀਲ ਸਮੁੰਦਰ ਪਾਰ ਜਾ ਕੇ ਦਿਲਾਂ ਉੱਤੇ ਅਸਰ ਕਰੇਗਾ। ਇਸ ਦੇ ਸ਼ਬਦ ਚਿੜੀਆਂ ਨੂੰ ਬਾਜ ਬਣਾਉਣਗੇ ਅਤੇ ਲੋਭ, ਮੋਹ, ਹੰਕਾਰ, ਮੂਰਖਤਾ ਅਤੇ ਡਰ ਨੂੰ ਦੂਰ ਕਰਕੇ ਦੇਸ਼ ਨੂੰ ਗਦਰ ਦੀ ਖਾਤਰ ਤਿਆਰ ਕਰੂਗਾ। ਜਿਹੜਾ ਮਹਾਂਜੰਗ ਹੋਵੇਗਾ, ਇਸ ਅਖਬਾਰ ਦਾ ਕੰਮ ਪ੍ਰੇਮ ਨਾਲ ਹੁੰਦਾ ਹੈ। ਲਿਖਣਾ, ਛਾਪਣਾ, ਭੇਜਣਾ ਸਾਡਾ ਕੰਮ ਪ੍ਰੇਮੀ ਲੋਕ ਕਰਦੇ ਹਨ, ਕਿਸੇ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ। ਇਸ ਤਰ੍ਹਾਂ ਸੰਜਮ ਦੇ ਨਾਲ ਕੰਮ ਚੱਲ ਸਕਦਾ ਹੈ। ਆਪਣਾ ਛਾਪਾ ਖਰੀਦ ਲਿਆ ਹੈ। ਹਿੰਦੁਸਤਾਨ ਵਿੱਚ ਕਈ ਲੱਖਾਂ ਉਰਦੂ ਅਤੇ ਗੁਰਮੁਖੀ ਪੜ੍ਹਨ ਵਾਲੇ ਹਨ, ਥੋੜ੍ਹੇ ਅਖਬਾਰਾਂ ਨਾਲ ਕੁਝ ਨਹੀਂ ਬਣ ਸਕਦਾ। ਸਾਨੂੰ ਲੱਖਾਂ ਅਖਬਾਰ ਦੇਸ਼ ਭੇਜਣੇ ਚਾਹੀਦੇ ਹਨ, ਜੋ ਜੇ ਥੋੜ੍ਹਾ ਚਿਰ ਅਖਬਾਰ ਚੱਲ ਕੇ ਬੰਦ ਹੋ ਗਿਆ ਤਾਂ ਅੰਗਰੇਜ਼ ਖੁਸ਼ੀ ਮਨਾਉਣਗੇ। ਸਾਨੂੰ ਅਖਬਾਰ ਦੀ ਹਰ ਮਦਦ ਕਰਨੀ ਚਾਹੀਦੀ ਆ। ਉਹ ਪਿਆਰਿਓ, ਵੇਲਾ ਬੀਤਦਾ ਜਾਂਦਾ ਹੈ, ਦੇਸ਼ ਵਿੱਚ ਜ਼ੁਲਮ ਦੀ ਹੱਦ ਹੋ ਗਈ ਹੈ, ਸਾਰੀ ਦੁਨੀਆ ਤੁਹਾਡਾ ਮੂੰਹ ਵੇਖ ਰਹੀ ਹੈ ਕਿ ਕਦ ਇਹ ਸ਼ੇਰ ਉੱਠਣ ਕੇ ਕਦ ਅੰਗਰੇਜ਼ਾਂ ਦਾ ਸੱਤਿਆਨਾਸ਼ ਕਰਨ। ਮਨ ਤਨ ਧਨ ਸੇ ਵਤਨ ਕੀ ਸੇਵਾ ਕਰੋ, ਸਾਰਿਆਂ ਨੂੰ ਗਦਰ ਦੀ ਖਾਤਰ ਤਿਆਰ ਕਰ ਲਵੋ। ਜਿਸ ਦਿਨ
ਕਲਮ ਦੀ ਥਾਂ ਬੰਦੂਕ ਅਤੇ ਸਿਆਹੀ ਦੀ ਥਾਂ ਲਹੂ ਨਾਲ ਕੰਮ ਹੋਵੇਗਾ। ਇਸ ਗਦਰ ਦੀ ਖਾਤਰ ਪ੍ਰਾਰਥਨਾ ਕਰੋ, ਗੱਲ ਕਰੋ ਤਾਂ ਗਦਰ ਦੀ, ਸੁਪਨਾ ਦੇਖੋ ਤਾਂ ਗਦਰ ਦਾ, ਧਨ ਕਮਾਓ ਤਾਂ ਗਦਰ ਦੀ ਖਾਤਰ, ਅੰਨ ਖਾਓ ਤਾਂ ਗਦਰ ਦੀ ਖਾਤਰ, ਬਸ ਗਦਰ ਦੇ ਸਿਪਾਹੀ ਬਣ ਜਾਓ। ਅਖਬਾਰ ਹਿੰਦੁਸਤਾਨ ਗਦਰ, ਸੈਨ ਫਰਾਂਸਿਸਕੋ, 1 ਨਵੰਬਰ 1913। ਨੋਟ: ਸ਼ਹੀਦ ਕਰਤਾਰ ਸਿੰਘ ਦੇ ਯੁੱਧ ਸਾਥੀ ਗਦਰੀ ਆਗੂਆਂ ਦੀ ਰਾਏ ਅਨੁਸਾਰ ਕਿ 1 ਨਵੰਬਰ 1913 ਦੇ ਗਦਰ ਅਖਬਾਰ ਦੇ ਪਹਿਲੇ ਅੰਕ ਵਿੱਚ ਉਪਕੋਰਤ ਲੇਖ ਸਾਡਾ ਨਾਮ ਅਤੇ ਸਾਡਾ ਕੰਮ ਕਰਤਾਰ ਸਿੰਘ ਸਰਾਭਾ ਵੱਲੋਂ ਲਿਖਿਆ ਹੋਇਆ ਹੈ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸਾਡਾ ਨਾਮ ਅਤੇ ਸਾਡਾ ਕੰਮ ਵਾਲਾ ਲੇਖ ਲਾਲਾ ਹਰਦਿਆਲ ਜਰਨਲ ਸਕੱਤਰ ਗਦਰ ਪਾਰਟੀ ਨੇ ਲਿਖਿਆ ਹੈ। ਉਸ ਦਾ ਪੰਜਾਬੀ ਅਲੱਥਾ ਕਰਤਾਰ ਸਿੰਘ ਸਰਾਭਾ ਨੇ ਕੀਤਾ ਹੈ।